वाहिगुरु जी का खालसा वाहिगुरु जी की फतेह। ये जिहड़ा कि तुसी देख रहे हो एक भैन साडे कोल एक वक्त दी मारी हुई ते बचा लिया। बहन बचा लिया, कहीं मत जाओ, कहीं मत जाओ, कहीं मत जाओगे, कहीं मत जाना, कहीं कहीं मत जाओ। अरे मारेगा नहीं, कोई नहीं मारेगा आपको, अरे आपको कोई नहीं मारेगा। ये आप देख सकते हो भी, सारे जने तुसी देख सकते हो, बेचारी इतनी ज्यादा डरी हुई है। भैन है साडी, गोल्डी भैन है, गोल्डी अटवाल। ये भैन जी एक सानू रास्ते च कुदरत तो मिल गए। ये हैबोवाल एरिए दे विच, प्रताप सिंह वाला एरिए दे विच भैन पिछले दो दिनों तो बहुत माड़ी हालत च घूम रही है। तुसी देख सकते हो, ते कपड़े ड्रेस सारी फटी हुई है। ते इसे हालत दे विच भैन असी उत्थों लैके आए हैं चाके। ਜਾਣੀ ਕਿ ਇਹਨੂੰ ਵੀਰਾਂ ਨੇ ਦੱਸਿਆ, ਆਲੇ ਦੁਆਲੇ ਦੇ ਲੋਕਾਂ ਨੇ ਦੱਸਿਆ, ਇੰਨੀ ਜ਼ਿਆਦਾ ਡਰੀ ਹੋਈ ਹੈ, ਇਹਦੇ ਨਾਲ ਗਲਤ ਮਿਸਯੂਜ਼ ਕੀਤਾ ਲੋਕਾਂ ਨੇ ਇਹਨੂੰ। ਇਹ ਵਕਤ ਦੀ ਮਾਰੀ ਹੋਈ ਭੈਣ ਸਾਡੀ ਪਰਦੇਸੀ ਆ, ਤੇ ਪਰ ਇਹਦੇ ਨਾਲ ਪਤਾ ਨਹੀਂ ਕਿਉਂ ਅੱਜ ਕੱਲ੍ਹ ਦੀ ਇਨਸਾਨੀਅਤ ਜਿਹੜੀ ਲੋਕਾਂ 'ਚ ਮਰੀ ਹੋਈ ਆ, ਉਹਨਾਂ ਨੇ ਇੱਦਾਂ ਕੀਤਾ। ਇੰਨੀ ਜ਼ਿਆਦਾ ਡਰੀ ਹੋਈ ਆ ਭੈਣ, ਉਹਨਾਂ ਨੂੰ ਕਹਿ ਕੇ ਡਰੀ ਜਾਂਦੀ ਆ, ਮੈਨੂੰ ਮਾਰੋ ਨਾ, ਮੈਨੂੰ ਮਾਰਿਓ ਨਾ। ਜਾਣੀ ਕਿ ਰੋਟੀ ਦੇਣ ਲਈ ਗਏ ਅਸੀਂ ਪਹਿਲਾਂ, ਸਾਡੀ ਟੀਮ ਦਾ ਮੈਂਬਰ ਦੁਪਹਿਰੇ ਕੰਨ ਦੇ ਵਿੱਚੋਂ ਬਿਲਕੁਲ ਜ਼ਖਮ ਕੀਤਾ ਹੋਇਆ। ਹਾਂ ਹਾਂ ਹਾਂ, ਕੋਈ ਗੱਲ ਨੀ ਮੈਡਮ, ਕੋਈ ਬਾਤ ਨੀ। ਆਹ ਦੇਖੋ, ਆਹ ਲੁੱਟ ਹੋਈ ਹੁੰਦੀ ਜਿਵੇਂ, ਇਹਦੇ ਨਾਲ ਕੰਨਾਂ ਦੀਆਂ ਗਲੀਆਂ ਪਾੜ ਦਿੱਤੀਆਂ, ਖਿੱਚ ਕੇ ਜਿਵੇਂ ਕਿਸੇ ਨੇ ਵਾਲੀਆਂ ਵਗੈਰਾ। ਭੈਣ ਦੇ ਹੱਥ ਤੁਸੀਂ ਦੇਖ ਸਕਦੇ ਹੋ, ਇੱਕ ਮਿੰਟ ਭੈਣ, ਇਹ ਹੱਥਾਂ ਦੇ ਉੱਪਰ ਨੌ ਏਡੇ ਏਡੇ ਜ਼ਿਆਦਾ ਵਧੇ ਹੋਏ ਆ ਭੈਣ ਦੇ ਸਾਡੀ ਦੇ। ਜਾਣੀ ਕਿ ਬੜਾ ਦੁੱਖ ਲੱਗਿਆ ਸਵੇਰ ਦੇ। ਅਸੀਂ ਇਹਨੂੰ ਅੱਜ ਪਤਾ ਕਰ ਰਹੇ ਸੀ ਵੀ ਕੌਣ ਆ ਭੈਣ ਜੀ, ਪ੍ਰਤਾਪ ਸਿੰਘ ਵਾਲੇ ਵਿੱਚ ਉੱਧਰ ਲੈ ਜਾ। ਜੇ ਅੱਜ ਸਾਨੂੰ ਇੱਕ ਸਾਡਾ ਟੀਮ ਮੈਂਬਰ ਆ ਰਿੱਕੀ, ਉਹਨੇ ਦੱਸਿਆ ਕਿ ਵੀ ਇੱਕ ਭੈਣ ਜੀ ਇੱਥੇ ਘੁੰਮਦੇ ਆ ਬੜੀ ਮਾੜੀ ਹਾਲਤ ਦੇ ਵਿੱਚ। ਵੀ ਲੋਕ ਦੱਸਦੇ ਆ ਵੀ ਉਹਨੂੰ ਕਿਸੇ ਨੇ ਕਹਿ ਰਹੀ ਹੈ ਵੀ ਅਬਿਊਜ਼, ਗਾਲਾਂ ਕੱਢੀਆਂ, ਗਲਤ ਤਰੀਕੇ ਨਾਲ ਟ੍ਰੀਟ ਕੀਤਾ, ਮਿਸਯੂਜ਼ ਕੀਤਾ, ਅਤੇ ਰਾਤ ਕਾਫੀ ਪਰੇਸ਼ਾਨ ਰਹੇ। ਅਤੇ ਅੱਜ ਜਦੋਂ ਸਵੇਰੇ ਸਾਡੀ ਟੀਮ ਅਸੀਂ ਉੱਥੇ ਜਾ ਕੇ ਦੇਖਿਆ ਤਾਂ ਬਹੁਤ ਮਾੜੀ ਹਾਲਤ ਸੀ। ਕਿ ਜੰਗਲ ਵਰਗੇ ਏਰੀਏ ਦੇ ਵਿੱਚ, ਪਲੋਟ ਦੇ ਵਿੱਚ ਪਈ ਸੀ, ਝਾੜ ਦੇ ਵਿੱਚ ਭੈਣ। ਅਸੀਂ ਜਾਂਦੇ ਸੀ, ਸਾਨੂੰ ਮਾਰਨ ਪੈਂਦੀ ਸੀ, ਡੰਡਾ ਚੱਕ ਲੈਂਦੀ ਸੀ, ਕਿਤੇ ਰੋੜਾ ਚੱਕ ਲੈਂਦੀ ਸੀ, ਅਤੇ ਅਸੀਂ ਬੜੀ ਮੁਸ਼ਕਲ ਦੇ ਨਾਲ ਇਹਨੂੰ ਰੋਟੀ ਖਵਾਈ ਸੀ ਮੇਰੇ। ਤਾਂ ਸ਼ਾਮ ਨੂੰ ਅਸੀਂ ਸੋਚਿਆ ਵੀ ਇਹਦੀ ਕੋਈ ਹੈਲਪ ਕਰਨੀ ਚਾਹੀਦੀ, ਇਹਨੂੰ ਹੋਸਪਿਟਲਾਈਜ਼ ਕਰਾਇਆ ਜਾਵੇ। ਇਹਦੇ ਨਾਲ ਇੰਨਾ ਮਾੜਾ ਹੋਇਆ ਹੋਇਆ, ਕੌਣ ਆ, ਕਿੱਥੋਂ, ਇਹਦਾ ਕੁਛ ਨਹੀਂ ਪਤਾ। ਫਿਰ ਸਾਡੇ ਭੈਣ ਜੀ ਹੈ ਜੀ ਇੱਥੋਂ ਨੂਰਪੁਰੇ ਤੋਂ, ਅਟਵਾਲ ਐਡਸਨ ਕੰਪਨੀ, ਇਹਨਾਂ ਦੀ ਜੀ ਭੈਣ ਸਾਡੇ ਨਾਲ ਸ਼ੁਰੂ ਤੋਂ ਜੁੜੇ ਹੋਏ ਆ, ਸਾਡੀ ਸੰਸਥਾ ਦੀ ਬਹੁਤ ਹੈਲਪ ਕਰਦੇ ਆ। ਤਾਂ ਮੈਂ ਭੈਣ ਨੂੰ ਬੇਨਤੀ ਕੀਤੀ ਵੀ ਭੈਣ ਸਾਡੀ ਹੈਲਪ ਕਰੋ ਤੁਸੀਂ, ਸਾਨੂੰ ਫੀਮੇਲ ਦੀ ਲੋੜ ਹੈ। ਕਿੰਨਾ ਤਾਂ ਫਿਰ ਭੈਣ ਪਹੁੰਚ ਗਈ ਉੱਥੇ ਕੋਲ, ਸਾਡੇ ਕੁਦਰਤ ਤੁਹਾਨੂੰ ਕੋਲ ਹੀ, ਭੈਣ ਜੀ ਵੀ ਖੜੇ ਸੀ, ਇਹਨਾਂ ਨੇ ਵੀ ਦੇਖਿਆ ਵੀ ਇੱਦਾਂ ਹੈਲਪ ਕਰਦੇ, ਸਾਡੇ ਨਾਲ ਆਏ ਆ। ਅਤੇ ਹੁਣ ਇਹਨਾਂ ਨੂੰ ਇਸ਼ਨਾਨ ਕਰਵਾਉਣ ਲੱਗੇ ਆ ਭੈਣ ਜੀ ਹੁਣੀ ਇੱਥੇ, ਅਤੇ ਇਸ਼ਨਾਨ ਕਰਾ ਕੇ ਅਸੀਂ ਇਹਨਾਂ ਨੂੰ ਹੋਸਪਿਟਲਾਈਜ਼ ਕਰਾਵਾਂਗੇ। ਅਤੇ ਜੇ ਕੋਈ ਵੀਰ ਜਾਂ ਭੈਣ ਇਹਨਾਂ ਨੂੰ ਜਾਣਦਾ ਪਹਿਚਾਣਦਾ, ਇਹਨਾਂ ਦੀ ਸ਼ਕਲ ਨੂੰ ਕੋਈ ਪਹਿਚਾਣਦਾ, ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ ਜੀ, ਪਲੀਜ਼। ਰਿਕੁਐਸਟ ਆ ਜੀ, ਅਬਲਾ ਨਾਰੀ ਕਹਿੰਦੇ ਆਪਾਂ, ਕਹਿੰਦੇ ਵੀ ਇੰਡੀਆ ਦੇ ਵਿੱਚ ਲੇਡੀਜ਼ ਵਾਸਤੇ ਕਾਨੂੰਨ ਵੀ ਅਲੱਗ ਆ, ਲੇਡੀਜ਼ ਨੂੰ ਮਾਤਾ ਵਾਂਗੂ ਪੂਜਦੇ ਵੀ ਆਪਾਂ, ਵੀ ਸਾਡੀ ਮਾਂ ਵਾ ਇਹ। ਅਤੇ ਪਰ ਜਦੋਂ ਇੱਦਾਂ ਦੇ ਹਾਲਾਤਾਂ ਦੇ ਵਿੱਚ ਇਹਨਾਂ ਨੂੰ ਦੇਖੀਦਾ ਜੀ, ਬੜਾ ਮਨ ਦੁਖੀ ਹੋਇਆ ਜੀ ਦੇਖ ਕੇ। ਅਤੇ ਜਾਣੀ ਕਿ ਅੱਜ ਤੱਕ ਅਸੀਂ ਕਦੇ ਕਿਸੇ ਫੀਮੇਲ ਨੂੰ ਸਿੱਧੀ ਹੈਲਪ ਨਹੀਂ ਕੀਤੀ ਸੀ, ਕਿਉਂਕਿ ਸਾਡੇ ਕੋਲ ਫੀਮੇਲ ਕਰੂ ਹੈ ਨੀਗਾ। ਉਹ ਵੀ ਅੱਜ ਗੋਲਡੀ ਭੈਣ ਉਹਨਾਂ ਦੇ ਭੈਣ ਜੀ ਉਹਨਾਂ ਦੇ ਸਦਕਾ ਅਸੀਂ ਇਹਨਾਂ ਨੂੰ ਇੱਥੇ ਲੈ ਆਏ ਹਾਂ। ਨਹੀਂ ਅਸੀਂ ਇਹ ਵੀ ਹੈਲਪ ਨਹੀਂ ਸੀ ਕਰ ਸਕਦੇ, ਕਿਉਂਕਿ ਸਵੇਰ ਦੇ ਅਸੀਂ ਇਹੀ ਸਿਸਟਮ ਦੇ ਵਿੱਚ ਲੱਗੇ ਹੋਏ ਸੀ ਵੀ ਕਿੱਦਾਂ ਇਹਦੀ ਹੈਲਪ ਕੀਤੀ ਜਾਵੇ ਭੈਣ ਦੀ। ਅਤੇ ਆ ਰਿੱਕੀ ਸਾਡਾ ਟੀਮ ਮੈਂਬਰ ਆ, ਜਿਹਦੇ ਉਪਰਾਲੇ ਕਰਕੇ ਇਹ ਕੁੜੀ ਸਾਨੂੰ ਪਤਾ ਲੱਗਿਆ ਭੈਣ ਬਾਰੇ। ਅਤੇ ਇਹਨੇ ਸਾਨੂੰ ਸਵੇਰੇ ਅੱਜ ਕਾਲ ਕਰਕੇ ਦੱਸਿਆ, ਤਾਂ ਅਸੀਂ ਸਵੇਰ ਦੇ ਹੀ ਇਸ ਭੈਣ ਦੀ ਹੈਲਪ ਦੇ ਵਿੱਚ ਲੱਗੇ ਹੋਏ ਸੀਗੇ। ਪਰ ਹੁਣ ਸੱਚੇ ਪਾਤਸ਼ਾਹ ਨੂੰ ਇਹਨਾਂ ਸੰਸਥਾ ਦੇ ਲੈ ਰਹੇ ਹਾਂ, ਅਤੇ ਇੱਥੋਂ ਅਸੀਂ ਇਹਨਾਂ ਨੂੰ ਨਵਾ ਧਵਾ ਕੇ ਕੱਪੜੇ ਚੇਂਜ ਕਰਵਾ ਕੇ ਹੋਸਪਿਟਲ ਲੈ ਕੇ ਜਾਵਾਂਗੇ। ਸੱਚੇ ਪਾਤਸ਼ਾਹ ਮਿਹਰ ਕਰਦੇ ਜੀ, ਜੇ ਕੋਈ ਪਛਾਣਦਾ ਸਾਨੂੰ ਜ਼ਰੂਰ ਸੰਪਰਕ ਕਰੋ ਜੀ। ਸਾਡਾ ਨੰਬਰ 9781380073 ਨੰਬਰ ਆ ਜੀ। ਅਤੇ ਇਹ ਭੈਣ ਆਪਦਾ ਨਾਮ, ਭੈਣੇ ਨਾਮ ਕੀ ਹੈ ਤੇਰਾ? ਦੁਰਗਾ। ਔਰ ਕਹਾਂ ਸੇ ਹੋ ਭੈਣ ਤੁਮ? ਯੂਪੀ। ਕੌਣ ਸਾ ਡਿਸਟ੍ਰਿਕਟ? ਗੋਂਡਾ ਜ਼ਿਲ੍ਹਾ। ਔਰ ਗਾਓ ਕਾ ਨਾਮ ਕਿਆ ਹੈ? ਜਿਗਨਾ। ਜਿਗਨਾਬਾਜ, ਜਿਗਨਾਬਾਜ ਗਾਓ ਹੈ। ਯਹਾਂ ਪੇ ਕੌਣ ਹੈ ਲੁਧਿਆਣਾ ਮੇਂ ਤੁਮਾਰਾ ਭਾਈ ਹੈ? ਤੇਰੇ ਕੋ ਕਿਸਨੇ ਮਾਰਾ? ਭਾਈ ਹੈ। ਤੇਰੇ ਕੋ ਮਾਰਾ ਕਿਸਨੇ? ਭਾਈ ਨੇ ਮਾਰਾ। ਕਿਉਂ ਮਾਰਾ? ਮੱਲੂ ਤੇਰਾ ਮੁਸਕੇ ਚਲ ਗਏ ਥੇ। ਕਹਾਂ ਪੇ? ਮੱਲੂ ਤੇਰਾ ਮੈਂ ਗਲਤ ਕਰ ਲੇ। ਓਕੇ, ਤੂਨੇ ਕੁਛ ਗਲਤ ਕਰ ਦਿਆ ਥਾ। ਤੂ ਫਿਰ ਸੰਜੇ ਭਾਗੜ ਆ ਗਏ। ਠੀਕ ਹੈ। ਔਰ ਤੁਮ ਠੀਕ ਹੋ? ਆਇਆ ਨਹੀਂ ਦੇ ਭਾਈ। ਜੇ ਕਾਨ ਤੇ ਚੋਟ ਕਿਸਨੇ ਮਾਰਾ? ਤੇਰੇ ਇਧਰ ਵੀ ਕਾਨ ਦੇਖੋ ਜੇ ਫਟਾ ਹੋਇਆ ਹੈ। ਕਾਨ ਤੁਮਾਰਾ ਕਿਸਨੇ ਮਾਰਾ ਚੋਟ? ਪਤਾ ਨਹੀਂ ਕੌਣ ਚੀਜ਼ ਹੈ। ਜੇ ਕਾਨ ਮੇਂ ਕੁਛ ਡਾਲਾ ਹੁਆ ਥਾ ਤੇਰੇ?
अज देखो इधर पूरा कितना जख्म है। बचा लेना हाँ, बचाएंगे सब बचाएंगे। आप बच गए, छोड़ना नहीं, इधर जानकारी तो छोड़ दूंगा। आपके बच्चे भी हैं? बच्चे हैं आपके? कितने बच्चे हैं बहन? तीन थे। बच्चे बेटा है बेटी है? बेटा बेटी नहीं। हाँ, नहीं जान पाते। जंगल दुनिया वा जंगली लोग इत्थे फिरदे आ, जाने के मैं उन्हां दे मूहरे हथ मन के बेनती करदा जिहड़े आपदे आप नूं इस प्रताप सिंह वाले च घूम रही आ, लोग इन्हू ऐदा बिहेव कर रहे ने जिवे जानवर हुंदा वा, ते जाने के बहुत दुख लगे जी। इन्नियां गल्लां जानकारी देनी, साडा नंबर 9780300075 आ जी, जे कोई भी इन्हां दे बारे संपर्क करना तुसीं साडे नाल कर सकदे आ जी। वाहिगुरु जी का खालसा, वाहिगुरु जी की फतेह।